ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਜੀ ਦੇ ਧਰਮ ਪਤਨੀ ਸ਼ਬਨਮ ਢਿੱਲੋਂ ਜੀ ਦਾ ਅੱਜ ਅੰਤਿਮ ਸੰਸਕਾਰ ਡੇਰਾ ਬਿਆਸ ਵਿਖੇ ਦੇ ਸਤਸੰਗ ਭਵਨ ਵਿੱਚ ਕੀਤਾ ਜਾਏਗਾ। ਮੈਂ ਦੇਖਣਾ ਚਾਹਾਂਗਾ ਕਿ ਇਹ ਰਸਤਾ ਹੈ ਜਿਹੜਾ ਕਿ ਡੇਰਾ ਬਿਆਸ ਨੂੰ ਜਾਂਦਾ ਹੈ, ਔਰ ਇਸ ਰਸਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪ੍ਰਬੰਧ ਕੀਤੇ ਗਏ ਨੇ, ਪੁਖਤਾ ਪ੍ਰਬੰਧ ਕੀਤੇ ਗਏ ਨੇ। ਜਿਹੜੀ ਸੰਗਤ ਆ ਰਹੀ ਹੈ ਸਿੱਧੀ ਡੇਰੇ ਵੱਲ ਜਾ ਰਹੀ ਹੈ, ਹਾਂ ਜ਼ਿਆਦਾ ਕਿ ਉੱਥੇ ਮੀਡੀਆ ਨੂੰ ਇਜਾਜ਼ਤ ਨਹੀਂ ਹੈ ਇਹ ਕਵਰ ਕਰਨ ਦੀ, ਪਰ ਸੰਗਤ ਜਿਹੜੀ ਹੈ ਦੇਸ਼ ਦੀ ਦੇਸ਼ ਪਰਚੋਂ ਸੰਗਤ ਇੱਥੇ ਪਹੁੰਚ ਰਹੀ ਹੈ, ਔਰ ਡੇਰਾ ਮੁਖੀ ਦੇ ਪਤਨੀ ਗੁਰਿੰਦਰ ਸ਼ਬਨਮ ਢਿੱਲੋਂ ਜੀ ਨੂੰ ਵਿਦਾਈ ਦੇਣ ਲਈ ਨਮ ਅੱਖਾਂ ਦੇ ਨਾਲ ਉਹਨਾਂ ਦਾ ਸੰਸਕਾਰ ਡੇਰਾ ਦੇ ਡੇਰੇ ਦੇ ਅੰਦਰ ਹੀ ਸਤਸੰਗ ਭਵਨ ਵਿਖੇ ਬਿਆਸ ਵਿਖੇ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਇੱਥੇ। ਜੇ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਦੇ ਮੰਤਰੀ ਵੀ ਇੱਥੇ ਪਹੁੰਚੇ ਨੇ, ਜਿਹੜੇ ਕਿ ਸ਼ਬਨਮ ਢਿੱਲੋਂ ਜੀ ਨੂੰ ਅੰਤਿਮ ਵੇਲੇ ਵਿਦਾਈ ਦੇਣ ਲਈ ਇੱਥੇ ਪਹੁੰਚੇ ਨੇ, ਔਰ ਉਹਨਾਂ ਦੇ ਕਾਰਜਕ੍ਰਮ ਜਿਹੜਾ ਹੋਣਾ ਹੈ ਉਸ ਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਨੇ। ਸੋ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਨੇ ਜਗ੍ਹਾ ਜਗ੍ਹਾ, ਪੁਲਿਸ ਵੱਲੋਂ ਜਿਹੜਾ ਪ੍ਰਬੰਧ ਹੈ ਉਹ ਤਾਂ ਹੈ ਹੀ ਹੈ, ਡੇਰਾ ਦੇ ਜੋ ਸੇਵਕ ਨੇ ਉਹਨਾਂ ਵੱਲੋਂ ਵੀ ਪੂਰਾ ਰਸਤਾ ਜਿਹੜਾ ਕਿ ਜਲੰਧਰ ਤੋਂ ਡੇਰਾ ਬਿਆਸ ਨੂੰ ਰਸਤਾ ਆਉਂਦਾ ਹੈ, ਜਗ੍ਹਾ ਜਗ੍ਹਾ 'ਤੇ ਡੇਰਾ ਪ੍ਰੇਮੀ ਖੜ੍ਹੇ ਨੇ, ਜਿਹੜੇ ਸੇਵਕ ਨੇ ਉਹ ਖਲੋਤੇ ਨੇ, ਔਰ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਹੈ ਉਸ ਨੂੰ ਰਸਤਾ ਦਿਖਾਇਆ ਜਾ ਰਿਹਾ ਹੈ ਕਿ ਉਹ ਜਿਹੜੇ ਨੇ ਸਤਸੰਗ ਭਵਨ ਜਿਹੜਾ ਹੈ ਡੇਰਾ ਬਿਆਸ ਦਾ ਉੱਥੇ ਜਾਇਆ ਜਾਏ, ਉੱਥੇ ਜਾਇਆ ਜਾਏ, ਔਰ ਅੰਤਿਮ ਸੰਸਕਾਰ ਉਸੇ ਜਗ੍ਹਾ ਦੇ ਉੱਤੇ ਹੋਣਾ ਹੈ, ਔਰ ਉਸੇ ਜਗ੍ਹਾ 'ਤੇ ਹੀ ਉਹਨਾਂ ਨੂੰ ਰਸਤਾ ਦਿਖਾ ਕੇ ਪਹੁੰਚਾਇਆ ਜਾ ਰਿਹਾ ਹੈ। ਮੈਂ ਦੱਸਣਾ ਚਾਹਾਂਗਾ ਕਿ ਗੁਰਿੰਦਰ ਸ਼ਬਨਮ ਢਿੱਲੋਂ ਜੀ ਜੋ ਪਿਛਲੇ ਕਾਫੀ ਦਿਨਾਂ ਤੋਂ ਲੰਡਨ ਦੇ ਇੱਕ ਹੋਸਪਿਟਲ ਦੇ ਵਿੱਚ ਐਡਮਿਟ ਸਨ ਔਰ ਆਪਣਾ ਇਲਾਜ ਕਰਵਾ ਰਹੇ ਸਨ, ਜਿੱਥੇ ਉਹਨਾਂ ਦੀ ਮੌਤ ਹੋ ਗਈ ਸੀਗੀ, ਪਰ ਬਾਬਾ ਜੀ ਗੁਰਿੰਦਰ ਜੀ ਦਾ ਕੋਈ ਸਤਸੰਗ ਚੱਲਣਾ ਸੀਗਾ, 2-4 ਦਿਨ ਦਾ ਸਤਸੰਗ ਸੀਗਾ, ਜਿਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਅੱਜ ਰੱਖਿਆ ਗਿਆ ਸੀ ਉਹਨਾਂ ਦੇ ਅੰਤਿਮ ਸੰਸਕਾਰ ਦਾ। ਸੋ ਮੈਂ ਦੱਸਣਾ ਚਾਹਾਂਗਾ ਕਿ ਥੋੜ੍ਹੀ ਹੀ ਦੇਰ ਬਾਅਦ ਡੇਰਾ ਬਿਆਸ ਵਿਖੇ ਸਤਸੰਗ ਭਵਨ ਵਿਖੇ ਸ਼ਬਨਮ ਢਿੱਲੋਂ ਜੀ ਦਾ ਅੰਤਿਮ ਸੰਸਕਾਰ ਹੋ ਜਾਏਗਾ। ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਬਿਆਸ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ। ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ। ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।